ब्लॉक अटारी का पिंड है। असी ओ पिंड दे विच उत्थों दे साबका सरपंच सरदार अवतार सिंह जी, सन ऑफ सरदार अमरिंदर सिंह जी, उन्हां दे निवास स्थान ते इस वक्त असी सरदार अवतार सिंह जी दे नाल मौजूद हाँ। ते असी उन्हां कोलों उन्हां दी मानसा दी सरपंची जिहड़ी उन्हां कीती है उहदे संबंधी उन्हां दे पिंड दे विकास की जानकारी लवांगे। ते उस तों इलावा साडा जिहड़ा इह सर्वे 2022 दी इलैक्शन दे संबंध दे विच पूरे पंजाब च चल रहा है, इस संबंधी भी असीं उन्हां नाल गल्लबात करांगे कि उन्हां दे की विचार ने 2022 दी इलैक्शन दे संबंध दे विच। ते आओ हुण तुहाडे रूबरू कराउंदे आं आपां पिंड इब्बण खुर्द तों साबका सरपंच सरदार अवतार सिंह जी नाल। हांजी सर, और 2022 वाली जी इलेक्शन आ रही है उसके साहब वध तो वध वोटां नाल जिता के करवाइए, जो जिहड़ा सरदार अटारी ब्लॉक अटारी है सब तो वध लीड करूगा सारे पंजाब दे विच सब तो वध लीड करूगा। अच्छा सर, हुण आपां गल करिए जी कि अपना जिहड़ा असली घर है शमशान घर, ਅਤੇ ਸਰ ਸ਼ਮਸ਼ਾਨ ਘਾਟ ਦੀ ਜਦੋਂ ਤੁਸੀਂ ਸਰਪੰਚ ਬਣੇ ਸੀ ਉਹਦੀ ਕੰਡੀਸ਼ਨ ਜਿਹੜੀ ਹੈ ਉਹ ਕਿਸ ਤਰ੍ਹਾਂ ਦੀ ਸੀ? ਉਹਦੀ ਦਿਲ ਕੋਈ ਉਸ ਟਾਈਮ ਨਹੀਂ ਹੈ ਸ਼ਮਸ਼ਾਨ ਘਾਟ ਦੇ ਦਿਲ ਕੋਈ ਨਹੀਂ ਸੀਗਾ, ਮੈਨੂੰ ਪੂਰਾ ਪਤਾ ਹੈ ਸਾਡੇ ਕੋਲ ਜਿੰਨਾ ਹੋਇਆ ਸਾਡੀ ਸਰਕਾਰ 'ਚ ਬਣਿਆ ਕੁਛ ਹੁਣ ਜਿਹੜਾ ਕਿ ਪੈਸੇ ਬਹੁਤ ਆਏ ਪਰ ਲੱਗੇ ਬਿਲਕੁਲ ਘੱਟ ਆ, ਹੁਣ ਸ਼ਮਸ਼ਾਨ ਘਾਟ ਦੇ ਵਿੱਚ ਅਜੇ ਵੀ ਬਣਨ ਵਾਲਾ ਬਹੁਤ ਕੁਛ ਹੈ ਜਿਹੜਾ ਹੁਣ 2022 ਦੇ ਬਣਾਵਾਂਗੇ ਬਹੁਤ ਸਭ ਤੋਂ ਵਧੀਆ ਅਸਲੀ ਘਰ ਅਸੀਂ ਉਹ ਬਣਾਵਾਂਗੇ। ਅੱਛਾ ਸਰ, ਇਹ ਆਪਣੇ ਜਿੱਦਾਂ ਮੰਨ ਲਓ ਪਿੰਡਾਂ ਦੇ ਵਿੱਚ ਵਾਟਰ ਸਪਲਾਈ ਦਾ ਪਾਣੀ ਜਿਹੜਾ ਆਉਂਦਾ ਜ਼ਰੂਰ ਹੈ ਪਰ ਗੰਦਾ ਪਾਣੀ ਆਉਂਦਾ ਹੈ ਲੀਕੇਜ ਦੇ ਕਾਰਨ, ਅਤੇ ਆਪਣੇ ਪਿੰਡ ਦੇ ਵਿੱਚ ਵਾਟਰ ਸਪਲਾਈ ਦਾ ਕਿੱਦਾਂ ਜੀ? ਸਾਡੇ ਪਿੰਡ ਵਾਟਰ ਸਪਲਾਈ ਦਾ ਬਹੁਤ ਵਧੀਆ ਸਾਡੇ ਟਾਈਮ ਕੰਮ ਚੱਲਦਾ ਸੀਗਾ, ਪਾਣੀ ਸਾਰੇ ਘਰਾਂ ਨੂੰ ਮਿਲਦਾ ਸੀ, ਪਰ ਕੁਛ ਸਾਡੇ ਲੋਕਾਂ ਨੇ ਜਿਹੜਾ ਉਸ ਟਾਈਮ ਬਿੱਲ ਹੁੰਦਾ ਸੀ 70-80 ਰੁਪਏ ਉਹ ਸਾਰੇ ਲੋਕਾਂ ਨੂੰ ਕਹਿ ਕੇ ਬੰਦ ਕਰਵਾ ਦਿੱਤਾ ਸੀ, ਇਹ ਬਿੱਲ ਨਾ ਦਿਓ, ਬਿੱਲ ਮਾਫ ਆ, ਬਿੱਲ ਨਾ ਦਿਓ, ਜਿਹਦੇ ਕਰਕੇ ਸਾਡਾ ਟੈਂਕੀ ਦਾ ਕਨੈਕਸ਼ਨ ਕੱਟਿਆ ਗਿਆ ਜੋ ਕਿ ਉਦੋਂ ਦਾ ਕੱਟਿਆ ਅਜੇ ਤੱਕ ਉਹ ਕੱਟਿਆ ਹੀ ਹੈ, ਬੰਦ ਹੀ ਪਿਆ ਵਾ, ਜਿਹੜਾ ਕਿ ਕੋਈ ਨੇ ਵੀ ਮੁੜ ਕੇ ਨਾ ਸੜਕ ਚਾਲੂ ਕਰ ਦਿੱਤਾ ਨਾ ਅੱਜ ਹੀ 50 ਸਾਲਾਂ ਪਿਆ ਵਾ। ਅੱਛਾ ਜੀ, ਇਹ ਮਤਲਬ ਕਿ ਤੁਹਾਡੇ ਟਾਈਮ ਦਾ ਭੇਦਭਾਵ ਕਾਮੀ ਸਰਕਾਰ ਦੇ ਵੇਲੇ ਸਾਰੇ ਕੰਮ ਕਰਾਏ ਆ ਬਿਨਾਂ ਕਿਸੇ ਭੇਦਭਾਵ ਤੋਂ ਪਾਰਟੀ ਤੋਂ ਉੱਪਰ ਉੱਠ ਕੇ ਕੰਮ ਕੀਤਾ, ਕੋਈ ਬੰਦਾ ਸਾਨੂੰ ਦੱਸਦੇ ਉਸ ਟਾਈਮ ਕੋਈ ਪਿੰਡ ਦੀ ਗਲੀ ਰਹਿ ਗਈ ਹੋਵੇ ਨਾਲੀ ਪਟ ਰਹਿ ਗਈ ਹੋਵੇ, ਇੱਕ ਗਲੀ ਪਿੰਡ ਸਾਡੇ 'ਚ 10 ਜਣ ਵੀ ਉਸ ਟਾਈਮ ਆ ਨਹੀਂ ਬਣੀ, ਅਸੀਂ ਅੱਜ ਵੀ ਉਹਦੇ ਜ਼ਿੰਮੇਵਾਰ ਹੋਵਾਂਗੇ, ਅਸੀਂ ਟੋਟਲ ਕੰਮ ਉਸ ਟਾਈਮ ਕਰਾਏ ਆ, ਸਾਨੂੰ ਬਹੁਤ ਰਣੀਏ ਸਾਹਿਬ ਨੇ ਪੂਰੀਆਂ ਗਰੰਟਾਂ ਦੇ ਕੇ ਨਾਲ ਮੇਰੀਆਂ ਗਰੰਟਾਂ ਨਹੀਂ ਦਿੰਦੇ ਫਿਰ ਸਾਨੂੰ ਰੋਜ਼ ਜਦੋਂ ਜਾਂਦੇ ਹਾਂ ਪੁੱਛਦੇ ਹੁੰਦੇ ਸੀ ਕਿ ਗਰੰਟਾਂ ਲੱਗ ਗਈਆਂ ਕਿ ਨਹੀਂ ਲੱਗ ਗਈਆਂ, ਜੇ ਨਹੀਂ ਲੱਗੀਆਂ ਉਹਨਾਂ ਨੂੰ ਲਾਓ ਅਸੀਂ ਤੁਹਾਡੇ ਤੋਂ ਜੁੱਸੀਆਂ ਕਢਾਉਣੀਆਂ ਜੀ, ਅਸੀਂ ਹਿਸਾਬ ਲੈਣੇ ਜੀ, ਸਾਨੂੰ ਪੁੱਛ ਪੁੱਛ ਕੇ ਨਾ ਸਾਰੇ ਕੰਮ ਉਸ ਟਾਈਮ ਕਰਵਾਏ ਆ, ਫਿਰ ਜਿੰਨੀਆਂ ਜੁੱਸੀਆਂ ਕਢਾ ਗਿਆ ਮੈਂ ਨਹੀਂ ਅੱਗੇ ਹੋਰ ਦੱਸੋ ਕੀ ਲੈਣਾ ਅਸੀਂ ਤਾਂ ਉਹ ਵੀ ਦਈਏ, ਹੁਣ ਕਈ ਸਾਡੇ ਇਹੋ ਜਿਹੇ ਉਦੋਂ ਸਰਪੰਚ ਹੈਗੇ ਜਿਹਨਾਂ ਕੋਲ ਕੋਈ ਕੰਮ ਰਹਿ ਗਿਆ ਹੁੰਦੇ ਪਰ ਸਰਕਾਰ ਵੱਲੋਂ ਨਹੀਂ ਕੋਈ ਕੰਮ ਰਹਿ ਗਿਆ, ਸਰਕਾਰ ਵੱਲੋਂ ਨਹੀਂ ਮਤਲਬ ਕੋਈ ਕੰਮ ਰਹਿ ਗਿਆ ਉਸ ਟਾਈਮ ਤੇ ਮਤਲਬ ਉਦਾਂ ਕੋਈ ਕੰਮ ਰਹਿ ਗਿਆ ਉੱਥੇ ਰਹਿ ਗਿਆ। ਤੇ ਅੱਛਾ ਸਰ, ਸਟੀਲ ਲਾਈਟਾਂ ਲੱਗੀਆਂ ਪਿੰਡ ਦੇ ਵਿੱਚ ਇਸ ਵਾਰੀ ਵੀ ਨਹੀਂ ਲੱਗੀ 50 ਸਾਲਾਂ 'ਚ ਸਾਡੇ ਟਾਈਮ ਸਟੀਲ ਲਾਈਟ ਨਾ ਹੋਈ ਆਪਣੇ ਜਿੱਦਾਂ ਮੰਨ ਲਓ ਕਿ ਸਟੀਲ ਲਾਈਟਾਂ ਦੀ ਗੱਲ ਸੀ ਸਾਡੇ ਪਿੰਡ ਦੇ ਵਿੱਚ ਲੱਗੀਆਂ ਹੀ ਨਹੀਂ ਸਟੀਲ ਲਾਈਟਾਂ,
ਤੇ ਸਕੂਲ ਕਿੰਨੇ ਨੇ ਸਰਕਾਰੀ ਆਪਣੇ ਪਿੰਡ ਚ? ਸਾਡੇ ਪਿੰਡ ਦੇ ਵਿੱਚ ਇੱਕ ਹੀ ਹੈ ਜੀ ਪ੍ਰਾਇਮਰੀ ਤੇ ਨਾਲ ਆਂਗਣਵਾੜੀ। ਆਂਗਣਵਾੜੀ ਤੇ ਪ੍ਰਾਇਮਰੀ ਦੋਨੇ ਬਿਲਡਿੰਗਾਂ ਅਲੱਗ ਅਲੱਗ ਨੇ ਦੋਨਾਂ ਦੀਆਂ? ਇੱਕ ਹੀ ਬਿਲਡਿੰਗ ਹੈ। ਇੱਕ ਹੀ ਬਿਲਡਿੰਗ ਹੈ। ਅਕਾਲੀ ਸਰਕਾਰ ਵੇਲੇ ਬਿਲਡਿੰਗ ਨਵੀਂ ਬਣੀ ਆ। ਅੱਛਾ ਜੀ। ਉਦੋਂ ਲਾ ਕੇ ਤੇ ਪਹਿਲਾਂ ਕਿਸੇ ਟਾਈਮ ਬਣੀਆਂ ਤੇ ਨਾਮ ਤੋਂ ਬਾਅਦ ਬਣੀ। ਅੱਛਾ ਜੀ। ਇਹ ਅਕਾਲੀ ਟਾਈਮ ਦੇ ਟਾਈਮ ਵੇਲੇ ਤੇ ਬਣੀ ਆ ਬਿਲਡਿੰਗ। ਅਕਾਲੀ ਸਰਕਾਰ ਵੇਲੇ ਸਕੂਲ ਬਣਿਆ, ਅਕਾਲੀ ਸਰਕਾਰ ਮਾਤਾ ਦਾ ਮੰਦਰ ਬਣਿਆ, ਪੀਰਾਂ ਦੀ ਜਗ੍ਹਾ ਬਣੀ, ਬਾਜੀਗਰਾਂ ਦੀ ਧਰਮਸ਼ਾਲਾ ਬਣੀ, ਮੰਜੀਆਂ ਸਿੰਘਾਂ ਦੀ ਧਰਮਸ਼ਾਲਾ ਬਣੀ, ਕੱਚੇ ਬਹੇ ਸਾਰੇ ਬਣੇ। ਪਿੰਡ ਦੀ ਇੱਕ ਗਲੀ ਮੇਰੇ ਪਿੰਡ 'ਚ ਕੋਈ ਦੱਸ ਦੇ ਕਿ ਨਾਮ ਬਣੀ ਹੋਵੇ, ਉਹ ਮੈਂ ਅੱਜ ਵੀ ਬਣਾ ਕੇ ਦਊਂਗਾ। ਇਹ ਅਕਾਲੀ ਸਰਕਾਰ ਵਾਲੇ ਸਾਰੇ ਕੰਮ ਹੋਏ ਆ। ਹੁਣ ਤਾਂ ਜਿਹੜੇ ਆਉਂਦੇ ਨਾ ਕੰਮ ਚੱਲੀ ਦੇ, ਉਹ ਲਾਲ ਹੀ ਹੋਏ ਆ, ਲਾਲ ਹੀ ਹੋਏਗਾ, ਕੁਛ ਨਹੀਂ। ਤੇ ਅੱਛਾ ਸਰ, ਕੋਈ ਗਰਾਊਂਡ ਹੈਗੀ ਆਪਣੇ ਪਿੰਡ ਦੇ ਵਿੱਚ? ਗਰਾਊਂਡ ਵੀ ਉਸ ਟਾਈਮ ਜਦੋਂ ਸਾਡੇ ਕੋਲ ਜ਼ਮੀਨ ਹੈਗੀ ਕਿੱਲਾ ਡੇਢ ਕਿੱਲਾ, ਉਹ ਵੀ ਮੈਂ ਹੀ ਉਸ ਟਾਈਮ ਛੱਡੀ ਹੋਈ ਜ਼ਮੀਨ ਗਰਾਊਂਡ ਵਾਸਤੇ, ਉਹ ਹੈਗੀ ਆ। ਹੈਗੀ ਆ। ਤੇ ਉਸ ਜੇਕਰ ਮਨਜੀਤ ਮਜੀਠੀਆ ਤੇ ਸਿੱਧੂ ਛੱਡ ਕੇ ਮੇਰੇ ਖਿਆਲ ਸੋਨੀਆ ਗਾਂਧੀ ਦੇ ਕਿਤੇ ਖਿਲਾਫ ਜਾ ਕੇ ਹੋ ਜਾਣ, ਉੱਥੋਂ ਜਿੱਤਣਗੇ। ਉਹ ਤੇ ਇਹੋ ਜਿਹਾ ਜਰਨੈਲ ਬੰਦਾ ਵਾ, ਉਹਦੀ ਕਿਤੇ ਬੋਲੀ ਵੇਖਿਓ, ਹਰ ਥਾਂ ਤੇ ਉਹ ਪਹਿਲਾਂ ਗੁਰੂ ਮਹਾਰਾਜ ਦਾ ਨਾਂ ਲੈਂਦਾ ਵਾ, ਮੈਂ ਗੁਰੂ ਮਹਾਰਾਜ ਦੇ ਓਡ ਵਾਸਤੇ ਨਾਂ। ਤੇ ਸਿੱਧੂ ਮੈਂ ਇਹਨੂੰ ਤੁਹਾਨੂੰ ਦੋ ਉਹਨੂੰ ਉਲਟ ਸ਼ਬਦ ਕੋਈ ਲੰਬੂ ਉੱਪਰ ਉਹ ਸ਼ਬਦ ਕਹਿੰਦਾ ਜਿਹੜੇ ਮੈਂ ਤੁਹਾਡੇ ਇੱਥੇ ਮੈਂ ਸਾਹਮਣੇ ਕਹਿ ਨਹੀਂ ਸਕਦਾ। ਪਰ ਉਹ ਬੰਦਾ ਏਦਾਂ ਦਾ ਵਾ, ਉਹਦੇ ਦੇ ਲੋਕ ਵੇਖਿਓ ਅੱਜ ਵੀ ਉਹਨੂੰ ਲੋਕੀ ਵੋਟਾਂ ਛੱਡ ਕੇ ਹੱਥਾਂ ਨਾਲ ਤੋਲਣ ਡੇ ਵੀ ਕੋਈ ਬੰਦਾ ਤਾਂ ਆਇਆ ਜਿਹੜਾ ਸਾਡੇ ਹਲਕੇ ਜਾ ਕੇ ਕੋਈ 15 ਸਾਲਾਂ ਬਾਅਦ ਸਾਨੂੰ ਦਿਸਿਆ ਵਾ। ਬਹੁਤ ਲੀਡ ਦੇ ਨਾਲ ਮਜੀਠੀਆ ਸਾਹਿਬ ਦਿੱਤਾਂਗੇ, ਬਹੁਤ ਲੀਡ ਦੇ ਨਾਲ। ਬਿਲਕੁਲ ਸਹੀ ਗੱਲ, ਬਿਲਕੁਲ ਸਹੀ ਗੱਲ। ਕੀ ਮਜੀਠੀਆ ਸਾਹਿਬ ਵਰਤਿਆ ਹੀ ਸਭ ਤੋਂ ਪਹਿਲਾਂ ਤੇ ਪਰਮਾਤਮਾ ਦਾ ਨਾਂ ਲੈ ਕੇ, ਫਿਰ ਉਸ ਤੋਂ ਬਾਅਦ ਸਪੀਚ ਸਟਾਰਟ ਕਰਦੇ ਨੇ। ਅਤੇ ਇੱਦਾਂ ਦੇ ਹੀ ਇਨਸਾਨ ਚਾਹੀਦੇ ਨੇ ਲੋਕਾਂ ਨੂੰ ਕਿ ਜਿਹੜੇ ਲੋਕਾਂ ਦੇ ਕੰਮ ਵੀ ਆਉਣ। ਇਹ ਨਹੀਂ ਕਿ ਅਸੀਂ ਹਲਕੇ 'ਚ ਵਿਚਰੇ ਹਾਂ, ਪੂਰੇ ਪੂਰਬੀ ਹਲਕੇ 'ਚ ਅਤੇ ਲੋਕਾਂ ਕੋਲ ਪੁੱਛੀ ਦਾ ਲੋਕ ਦੱਸਦੇ ਨੇ ਕਿ ਆਪਣੇ ਸਿੱਧੂ ਸਾਹਿਬ ਪੂਰੇ 5 ਸਾਲ ਦੇ ਵਿੱਚ ਕਦੀ ਸਾਨੂੰ ਦਿਖਾਈ ਨਹੀਂ ਦਿੱਤੇ। ਆਪਣੇ ਮਬੂਕ ਦੇ ਸਾਈਡ ਤੋਂ ਅਜੀਤ ਸਿੰਘ ਭਾਟੀਆ, ਉਹ ਵੀ ਕੌਂਸਲਰ ਨੇ, ਉਹ ਵੀ ਨਹੀਂ ਦਿਖੇ ਲੋਕਡਾਊਨ ਦੇ ਵਿੱਚ ਵੀ ਨਹੀਂ ਦਿਖੇ। ਕਦੀ ਫਾਰਮ ਪੁਰਾਲੇ, ਕਦੀ ਘਰ ਘਰ ਨੌਕਰੀਆਂ ਛੱਡਾ, ਉਹ ਇੱਥੋਂ ਤੱਕ ਜਿਹੜੇ ਕਈ ਗਰੀਬ ਨੂੰ ਆਟਾ ਦਾਲ ਮਿਲਦੀ ਉਹਦੀ ਕਾਟ ਕਟਾ, ਉਹ ਵੀ ਕਟਾਤੀ, ਕਟਾਏ ਵੀ ਗਰੀਬਾਂ ਦੇ। ਮੇਰੇ ਪਿੰਡ 'ਚ ਮੈਂ ਤੁਹਾਨੂੰ ਇਹੋ ਜਿਹੇ ਵਿਧਵਾ ਜਨਾਨੀਆਂ ਦੱਸ ਸਕਦਾ ਜਿਨ੍ਹਾਂ ਦੇ ਮੌਕੇ ਤੇ ਸਿਰਫ ਉਹਨਾਂ ਨੂੰ ਕਾਲੀ ਕਹਿ ਕੇ ਉਹਨਾਂ ਦੀ ਕਾਟ ਕਟਾਤੀ। ਇਹਨਾਂ ਨੇ ਤੇ ਆਪ ਖਾਸ ਕਰਦੇ ਜਿਹੜੇ ਇਹਨਾਂ ਨੇ ਘੁਲ ਰੱਖਿਆ ਕਾਲੀ ਹੈ ਇਹਨੂੰ ਮਾਰ ਦਿਓ, ਇਹਨਾਂ ਨੂੰ ਐਸੋ ਚੀਜ਼ ਰੱਖੀ ਆ। ਤੇ ਰਹਿ ਗਈ ਗੱਲ ਮਜੀਠੀਆ ਸਾਹਿਬ ਦੀ, ਮੈਂ ਨਾ ਮਜੀਠੀਆ ਸਾਹਿਬ ਤੇ ਮੈਨੂੰ ਅੱਜ 4 ਦਿਨ ਹੋ ਗਿਆ ਉਹਨਾਂ ਦੀ ਕੰਪੇਨ 'ਚ ਜਾਂਦੇ ਹਾਂ, ਪਰ ਮੈਂ ਤੁਹਾਡੇ ਕੈਮਰੇ ਤੇ ਕਹਿੰਦਾ ਤੁਸੀਂ ਮਜੀਠੀਆ ਸਾਹਿਬ ਨੂੰ ਕਿਤੇ ਮੇਰੇ ਸਾਹਮਣੇ ਲੈ ਜਾਓ, ਮੇਰੀ ਸ਼ਕਲ ਨਹੀਂ ਜਾਣਦੇ, ਮੈਂ ਉਹਨਾਂ ਦੀ ਨਹੀਂ ਜਾਣਦਾ, ਪਰ ਉਹਨਾਂ ਦੇ ਕੰਮਾਂ ਕਰਕੇ ਉਹਨਾਂ ਦੀ ਸੋਚ ਕਰਕੇ ਅਸੀਂ ਜਾ ਕੇ ਉਹਨਾਂ ਦੀ ਕੰਪੇਨ ਵੀ ਕੱਢ ਰਹੇ ਹਾਂ, ਵੋਟਾਂ ਕਹਿਣ ਰਹੇ ਹਾਂ, ਜਿਹੜਾ ਕਿ ਉਹਨਾਂ ਨੂੰ ਸਾਡਾ ਨਹੀਂ ਪਤਾ, ਸਾਨੂੰ ਅਸੀਂ ਮੱਥੇ ਲੱਗੇ ਉਹਨਾਂ ਪਤਾ ਕੌਣ ਹੈ ਅਤੇ ਕੌਣ ਨਹੀਂ। ਰਹਿ ਗਈ ਦੂਜੀ ਗੱਲ ਮੇਰੀ ਨਾ, ਕੱਲ੍ਹ ਹੀ ਅਜੇ ਕਿਸੇ ਬੰਦੇ ਨਾਲ ਗੱਲ ਹੁੰਦੀ ਸੀ ਪਰ ਨਸ਼ੇ ਬਾਰੇ, ਭਾਈ ਮਜੀਠੀਆ ਸਾਹਿਬ ਦੇ ਇਲਜ਼ਾਮ ਲੱਗੇ, ਮੈਂ ਕਿਹਾ ਲਿਆਓ ਮੈਂ ਉਸ ਬੰਦੇ ਦੀ ਸਹੁੰ ਦੇ ਦਿੰਦਾ ਉਹਨੂੰ ਮਜੀਠੀਏ ਨੂੰ ਨਸ਼ਾ ਵਿਕਾਉਣਾ, ਤੇ ਵੀ ਉਹਨੂੰ ਨਸ਼ੇ ਬਾਰੇ ਪਤਾ ਵੀ ਹੋਵੇ ਵੀ ਕੀ ਹੁੰਦਾ ਵਾ, ਉਹਨੂੰ ਸਮੈਕ ਬਾਰੇ ਪਤਾ ਹੀ ਨਹੀਂ ਹੁੰਦੀ ਕੀ ਆ। ਉਹਨਾਂ ਨੂੰ ਪਰਿਵਾਰ ਨੂੰ ਮੈਨੂੰ ਨਾ ਬੜਾ ਚਿੰਤਾ, ਮੈਂ ਉਹਨਾਂ ਨੂੰ ਜਾਣਦਾ ਗਰਵਾਲੀ ਬਾਬਾ ਜੀ ਕੋਲ ਆਉਂਦੇ ਕਾਲੀਆਂ ਵਾਸਤੇ ਨਹੀਂ ਆ, ਪਰ ਇਹਨਾਂ ਨੇ ਕਹਿ ਕੇ ਅਸੀਂ ਉਹ ਘਰਾਂ ਦੇ ਸਬੂਤ ਦੇ ਸਕਦੇ ਜਿਹਨਾਂ ਨੂੰ ਇਹਨਾਂ ਕਹੇ ਬਿੱਲ ਨਹੀਂ ਲੈਣੇ, ਬਿੱਲ ਮਾਫ ਜੇ, ਪਰ ਉਹ ਬਿੱਲ ਨਾ ਦੇਣ ਕਰਕੇ ਮੁੜ ਕੇ ਸਾਡਾ ਕਨੈਕਸ਼ਨ ਕੱਟਿਆ ਗਿਆ, ਜੋ ਕਿ ਉਦੋਂ ਦਾ ਅੱਜ ਤੱਕ ਬੰਦ ਹੀ ਪਿਆ ਵਾ, ਇੰਨਾ ਵੀ ਨਹੀਂ ਚੱਲੂ ਪੜਾ, ਇੰਨਾ ਵੀ ਨਹੀਂ ਚੱਲੂ ਜਿਹੜਾ ਕਿ ਹੁਣ ਸਾਨੂੰ ਪਤਾ ਲੱਗਾ ਵਾ ਉਹਦਾ 5-6 ਲੱਖ ਰੁਪਇਆ ਆਇਆ, ਉਹ ਵੀ ਕਢਾ ਕੇ ਖਾਧਾ ਗਿਆ ਵਾ। ਅੱਛਾ ਜੀ। ਹਾਂ, 6 ਲੱਖ ਰੁਪਇਆ ਸਾਨੂੰ ਹੁਣੀ ਕਿਤੋਂ ਪਤਾ ਲੱਗਾ ਕਢਾ ਕੇ ਖਾਧਾ ਗਿਆ ਵਾ, ਜਿਹੜਾ ਕਿ ਉੱਥੇ 1 ਰੁਪਈਏ ਦਾ ਵੀ ਕੋਈ ਕੰਮ ਅਜੇ ਤੱਕ ਨਹੀਂ ਹੋਇਆ, ਕੋਈ ਚੈੱਕ ਕਰਾ ਦੇ 1 ਰੁਪਈਏ ਦਾ। ਤੇ ਜਿਹੜੇ ਸਰ ਗਰੀਬ ਲੋਕ ਨੇ ਜਿਨ੍ਹਾਂ ਕੋਲੋਂ ਮੰਨ ਲਓ ਕਿ ਨਲਕਾ ਵੀ ਨਹੀਂ ਲਵਾਇਆ ਜਾਂਦਾ, ਹੈਂਡ ਪੰਪ ਵੀ, ਤੇ ਉਹ ਪਾਣੀ ਕਿੱਦਾਂ ਕਿੱਥੋਂ ਪੀਂਦੇ ਹੋਣਗੇ? ਜਿੰਨੀਆਂ ਬਿਮਾਰੀਆਂ ਸਭ ਹੁਣ ਹੀ ਪਾਣੀ ਤੋਂ ਡਈਆਂ, ਬਹੁਤ ਗਰੀਬਾਂ ਪਾਣੀ ਤੋਂ ਡੀਆਂ ਨੇ, ਅਮੀਰ ਲੋਕਾਂ ਨੇ ਤੇ ਕਿਹਨੇ ਆੜੂ ਲਵਾ ਲਿਆ, ਕਿਹਨੇ ਬੋਰ ਡੂੰਗੇ ਕਰਾ ਲਏ, ਤੇ ਗਰੀਬ ਲੋਕ ਤੇ ਸਾਰੇ ਮਾੜਾ ਪਾਣੀ ਪੀਂਦੇ ਆ, ਮਾੜਾ ਪਾਣੀ ਪੀਂਦੇ ਆ। ਅਸੀਂ ਤੇ ਇਹੋ ਹੀ ਅਪੀਲ ਕਰਾਂਗੇ ਉਹ ਕਿਸੇ ਤਰੀਕੇ ਨਾਲ ਜਿੱਦਾਂ ਟਿਊਬਵੈਲਾਂ ਦੇ ਬਿੱਲ ਮਾ ਗਿਆ ਉਹਦਾ ਵੀ ਬਿੱਲ ਟੈਂਕੀ ਦਾ ਮਾਫ਼ ਕਰਾ ਕੇ ਦੁਬਾਰਾ ਫਿਰ ਚਲਵਾਈ ਜਾਓ। ਇਹ ਸਰ ਜਿੱਦਾਂ ਚੰਨੀ ਸਾਹਿਬ ਨੇ ਬਿੱਲ ਮਾਫ਼ ਕੀਤੇ ਨੇ,
ਘਰਾਂ ਦੇ ਵੀ ਤੇ ਟੂਲਾਂ ਦੇ ਵੀ ਸਾਰਿਆਂ ਦੇ ਤੇ ਆਪਣੇ ਪਿੰਡ ਦੇ ਟੂਲ ਦਾ ਬਿੱਲ ਮਾਫ ਨਹੀਂ ਹੋਇਆ ਉਹਦੇ ਕਲਾਣ ਹੀ ਹੋਏ ਆ ਜੀ ਘਰਾਂ ਦੇ ਵੀ ਕੋਈ ਬਿੱਲ ਨਹੀਂ ਮਾਫ ਹੋਏ ਵੇਖੋ ਆਪਾਂ ਤਾਂ ਲੱਗ ਕੇ ਆਉਣੇ ਆ ਅੱਛਾ ਜੀ ਆਹ ਮੀਡੀਆ ਨੂੰ ਪੁੱਛੀ ਤਾਂ ਆਉਂਦਾ ਇੱਕ ਸਟੇ ਹੀ ਹੋਇਆ ਸਿਰਫ ਅੱਛਾ ਸਟੇ ਹੀ ਆਏ ਸਟੇ ਆ ਸਾਨੂੰ ਕੋਈ ਪੈ ਬਿਜਲੀ ਬੋਰਡ ਨੂੰ ਨਹੀਂ ਮਿਲਿਆ ਅੱਛਾ ਅੱਛਾ ਵੇਲੇ ਲੱਗ ਕੇ ਆਉਣੇ ਆ ਜੇ ਬਿੱਲ ਮਾਫ ਹੁੰਦੇ ਤਾਂ ਅੱਜ ਟੈਂਕੀ ਸਾਡੀ ਨਾ ਚੱਲਦੀ ਉਹਦਾ ਬਿੱਲ ਨਾ ਮਾਫ ਹੁੰਦਾ ਬਿਲਕੁਲ 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 ਇਹ ਤਾਂ ਗੱਲ ਸਹੀ ਹੈ ਤੇ ਅੱਛਾ ਸਰ ਆਪਣੇ ਗੰਦੇ ਪਾਣੀ ਦਾ ਨਿਕਾਸ ਕਿੱਦਾਂ ਜੀ ਗੰਦੇ ਪਾਣੀ ਦਾ ਨਿਕਾਸ ਮੈਂ ਤਾਂ ਇਹਨਾਂ ਕੋਈ ਟੀਮ ਜਾਂ ਸਰਕਾਰੀ ਜਾਂ ਘਰ ਦੀ ਆਵੇ ਸਗੋਂ ਮੌਕਾ ਵੇਖ ਲੈਣ ਵੀ ਗੰਦੇ ਪਾਣੀ ਜਿੰਨੇ ਛੱਪੜੇ ਆ ਸਾਡੇ ਕਾਂਗਰਸੀ ਵੀਰਾਂ ਨੇ ਸਾਰੇ ਬੁਲਾ ਤੇ ਇੱਕ ਇੱਕ ਘਰ ਨੂੰ ਅੱਧਾ ਅੱਧਾ ਗਿਲਾ ਸਾਂਭ ਲਾ ਦਿੱਤਾ ਵਾ ਜਿਹੜਾ ਕਿ ਅੱਜ ਵੀ ਮੌਕੇ ਤੇ ਜਾ ਕੇ ਵੇਖੋ ਸਿਰਫ ਉਹ ਝੰਡੇ ਹੀ ਇਸ ਕਰਕੇ ਲਾਏ ਆ ਜਗ੍ਹਾ ਬੁਲਾਉਣ ਵਾਸਤੇ ਪਾਣੀ ਜਿਹੜਾ ਪਿੰਡ ਦਾ ਵਾ ਉਹ ਜੇ ਮੰਨ ਲਓ ਏਦਾਂ ਹੀ ਸਾਰਿਆਂ ਨੇ ਮੱਲ ਲਿਆ ਤੇ ਫਿਰ ਪਾਣੀ ਕਿੱਥੇ ਜਾਊਗਾ ਬਿਮਾਰੀਆਂ ਆਪਣੇ ਕੋਈ ਪਿੰਡ ਚ ਪੰਚਾਇਤ ਘਰ ਜਾਂ ਧਰਮਸ਼ਾਲਾ ਕੋਈ ਹੈ